ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਜਮਾਤ ਪਹਿਲੀ ਵਿਸ਼ਾ ਗਣਿਤ ਬੱਚਿਓ ਅੱਜ ਅਸੀਂ ਮਿਸ਼ਨ 100% ਅਭਿਆਸ ਸ਼ੀਟ 2 ਦੇ ਸਵਾਲ ਨੰਬਰ 12 ਤੋਂ ਸਵਾਲ ਨੰਬਰ 15 ਤੱਕ ਹੱਲ ਕਰਾਂਗੇ ਬੱਚਿਓ ਇਸ ਦੇ ਪਹਿਲੇ 11 ਸਵਾਲ ਅਸੀਂ ਹੱਲ ਕਰ ਚੁੱਕੇ ਹਾਂ ਬੱਚਿਓ ਸਾਡਾ 12ਵਾਂ ਸਵਾਲ ਹੈ ਬਿੱਲੀ ਤੋਂ ਕਿਸ ਦੀ ਦੂਰੀ ਸਭ ਤੋਂ ਵੱਧ ਹੈ ਚਾਰ ਵਿਕਲਪ ਦਿੱਤੇ ਗਏ ਹਨ ਊੜਾ ਮੱਛੀ ਆੜਾ ਕੁੱਕੜ ਇੜੀ ਚੂਹਾ ਅਤੇ ਸ ਸ ਤਿਤਲੀ ਬੱਚਿਓ ਬਿੱਲੀ ਦੇ ਸੱਜੇ ਪਾਸੇ ਕੁਝ ਜੀਵ ਦਿਖਾਈ ਦੇ ਰਹੇ ਹਨ ਸਭ ਤੋਂ ਪਹਿਲਾਂ ਚੂਹਾ ਹੈ ਇਸ ਦਾ ਭਾਵ ਹੈ ਕਿ ਚੂਹਾ ਬਿੱਲੀ ਦੇ ਸਭ ਤੋਂ ਨੇੜੇ ਹੈ ਉਸ ਤੋਂ ਬਾਅਦ ਮੱਛੀ ਹੈ ਮੱਛੀ ਦੀ ਦੂਰੀ ਚੂਹੇ ਤੋਂ ਵੱਧ ਹੈ ਮੱਛੀ ਤੋਂ ਬਾਅਦ ਕੁੱਕੜ ਦੀ ਤਸਵੀਰ ਹੈ ਬੱਚਿਓ ਕੁੱਕੜ ਚੂਹੇ ਅਤੇ ਮੱਛੀ ਤੋਂ ਬਾਅਦ ਵਿੱਚ ਆਉਂਦਾ ਹੈ ਇਸ ਲਈ ਕੁੱਕੜ ਦੀ ਦੂਰੀ ਚੂਹੇ ਅਤੇ ਮੱਛੀ ਤੋਂ ਵੱਧ ਹੈ ਬੱਚਿਓ ਅਖੀਰ ਵਿੱਚ ਤਿਤਲੀ ਦੀ ਤਸਵੀਰ ਹੈ ਕਿਉਂਕਿ ਤਿਤਲੀ ਸਭ ਤੋਂ ਬਾਅਦ ਵਿੱਚ ਆਈ ਹੈ ਇਸ ਲਈ ਤਿਤਲੀ ਦੀ ਦੂਰੀ ਸਭ ਤੋਂ ਵੱਧ ਹੈ ਬੱਚਿਓ ਇਸ ਦਾ ਸਹੀ ਵਿਕਲਪ ਸ ਤਿਤਲੀ ਹੈ ਇਸ ਲਈ ਇਸ ਉੱਪਰ ਅਸੀਂ ਇੱਕ ਦਾ ਨਿਸ਼ਾਨ ਲਗਾਉਂਦੇ ਹਾਂ ਹੁਣ ਸਾਡਾ ਅਗਲਾ ਸਵਾਲ ਜਦੋਂ ਮੁੱਕ ਜੀ ਹਨੇਰਾ ਫੈਲੇ ਚਾਨਣ ਦਾ ਘੇਰਾ ਇਹ ਕਿਹੜਾ ਸਮਾਂ ਹੈ ਬੱਚਿਓ ਸਾਨੂੰ ਚਾਰ ਵਿਕਲਪ ਦਿੱਤੇ ਗਏ ਹਨ ਊੜਾ ਸਵੇਰ ਅੜਾ ਦੁਪਹਿਰ ਈੜੀ ਸ਼ਾਮ ਸਸਾ ਰਾਤ ਬੱਚਿਓ ਰਾਤ ਵੇਲੇ ਹਨੇਰਾ ਹੁੰਦਾ ਹੈ ਅਤੇ ਹੌਲੀ-ਹੌਲੀ ਹਨੇਰਾ ਘਟਣ ਲੱਗ ਜਾਂਦਾ ਹੈ ਫਿਰ ਹੌਲੀ-ਹੌਲੀ ਸੂਰਜ ਚੜ੍ਹਨ ਨਾਲ ਚਾਨਣ ਹੋਣ ਲੱਗ ਜਾਂਦਾ ਹੈ ਇਸ ਤਰ੍ਹਾਂ ਬੱਚਿਓ ਰਾਤ ਦੇ ਹਨੇਰੇ ਤੋਂ ਬਾਅਦ ਸਵੇਰ ਵੇਲੇ ਚਾਨਣ ਫੈਲ ਜਾਂਦਾ ਹੈ ਇਸ ਤਰ੍ਹਾਂ ਬੱਚਿਓ ਸਹੀ ਵਿਕਲਪ ਊੜਾ ਸਵੇਰ ਹੈ ਇਸ ਉੱਪਰ ਅਸੀਂ ਟਿੱਕ ਦਾ ਨਿਸ਼ਾਨ ਲਗਾਉਂਦੇ ਹਾਂ ਸਾਡਾ ਅਗਲਾ ਸਵਾਲ ਚਿੱਤਰ ਵਿੱਚ ਵੱਖ-ਵੱਖ ਅਕਿਰਤੀਆਂ ਨੂੰ ਗਿਨੋ ਅਤੇ ਦੱਸੋ ਕਿ ਸਭ ਤੋਂ ਵੱਧ ਆਉਣ ਵਾਲੀ ਅਕਿਰਤੀ ਕਿਹੜੀ ਹੈ ਬੱਚਿਓ ਵਿਕਲਪ ਊੜਾ ਦੀ ਅਕਿਰਤੀ ਨਾਲ ਮੇਲ ਖਾਂਦੀ ਇੱਕ ਕਿਰਤੀਆਂ ਦੀ ਗਿਣਤੀ ਕਰਦੇ ਹਾਂ ਕਿੰਨੀਆਂ ਕਿਰਤੀਆਂ ਹਨ ਇੱਕ ਹੁਣ ਅਸੀਂ ਆੜਾ ਕਿਰਤੀਆਂ ਦੀ ਗਿਣਤੀ ਕਰਦੇ ਹਾਂ ਬੱਚੋ ਆੜਾ ਕਿਰਤੀ ਨਾਲ ਮੇਲ ਖਾਂਦੀਆਂ ਆ ਕਿਰਤੀਆਂ ਦੀ ਗਿਣਤੀ ਜ਼ੀਰੋ ਹੈ ਹੁਣ ਅਸੀਂ ਈੜੀ ਆ ਕਿਰਤੀ ਨਾਲ ਮੇਲ ਖਾਂਦੀਆਂ ਕਿਰਤੀਆਂ ਦੀ ਗਿਣਤੀ ਕਰਦੇ ਹਾਂ ਹਾਂਜੀ ਬੱਚਿਓ ਇਹ ਵੀ ਇੱਕ ਹੈ ਹੁਣ ਅਸੀਂ ਸ ਸ ਅਕਿਰਤੀ ਨਾਲ ਮੇਲ ਖਾਂਦੀਆਂ ਅਕਿਰਤੀਆਂ ਦੀ ਗਿਣਤੀ ਕਰਦੇ ਹਾਂ 1 2 3 4 5 ਤਾਂ ਬੱਚਿਓ ਸ ਸ ਕੇਤੀ ਨਾਲ ਮੇਲ ਖਾਂਦੀਆਂ ਅਕਿਰਤੀਆਂ ਦੀ ਗਿਣਤੀ 5 ਹੈ ਬੱਚਿਓ ਸ ਅਕਿਰਤੀ ਨਾਲ ਮੇਲ ਖਾਂਦੀਆਂ ਅਕਿਰਤੀਆਂ ਦੀ ਗਿਣਤੀ ਸਭ ਤੋਂ ਵੱਧ ਹੈ ਇਸ ਲਈ ਇਸ ਉੱਪਰ ਅਸੀਂ ਸਹੀ ਦਾ ਨਿਸ਼ਾਨ ਲਗਾਉਂਦੇ ਹਾਂ ਸਦਾ 15ਵਾਂ ਸਵਾਲ ਹੈ। ਹੇਠਾਂ ਦਿੱਤੇ ਸਮੂਹ ਵਿੱਚ ਮੁੰਡਿਆਂ ਦੀ ਗਿਣਤੀ ਦੱਸੋ। ਬੱਚਿਓ ਸਾਨੂੰ ਚਾਰ ਵਿਕਲਪ ਦਿੱਤੇ ਗਏ ਹਨ। ਕਊੜਾ 5, ਆੜਾ 3, ਈੜੀ 4, ਸਸਾ 8। ਬੱਚਿਓ ਸਹੀ ਵਿਕਲਪ ਚੁਣਨ ਲਈ ਅਸੀਂ ਤਸਵੀਰ ਵਿੱਚ ਮੁੰਡਿਆਂ ਦੀ ਗਿਣਤੀ ਕਰਦੇ ਹਾਂ। 1 2 3 ਤਾਂ ਬੱਚਿਓ ਤਸਵੀਰ ਵਿੱਚ ਮੁੰਡਿਆਂ ਦੀ ਗਿਣਤੀ 3 ਹੈ ਇਸ ਲਈ ਸਹੀ ਵਿਕਲਪ ਆੜਾ ਹੈ ਇਸ ਉੱਪਰ ਅਸੀਂ ਸਹੀ ਦਾ ਨਿਸ਼ਾਨ ਲਗਾਉਂਦੇ ਹਾਂ ਬੱਚਿਓ ਘਰ ਦੇ ਕੰਮ ਵਿੱਚ ਤੁਸੀਂ ਵੀ ਮਿਸ਼ਨ 100% ਅਭਿਆਸ ਸ਼ੀਟ 2 ਦੇ ਸਵਾਲ ਨੰਬਰ 12 ਤੋਂ ਸਵਾਲ ਨੰਬਰ 15 ਤੱਕ ਆਪਣੀਆਂ ਕਾਪੀਆਂ ਤੇ ਸਾਫ਼ ਅਤੇ ਸੁੰਦਰ ਲਿਖਾਈ ਵਿੱਚ ਹੱਲ ਕਰਨੇ ਹਨ ਧੰਨਵਾਦ